05 ਰੈਟਰ ਆ ਦੇਖਿਓ ਜੀ ਐ ਚੱਕਦਾ ਮੁੱਲੀ ਮੰਗ ਬਾਈ ਬਾਈ ਆਪਣਾ 44 ਵੀ ਸੇਲ ਹੋ ਗਿਆ ਬਾਈ ਬੈਟਰ ਚੱਲੇ ਲੈ ਕੇ ਬਾਈ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਅਤੇ ਬਾਈ ਸਵਾਗਤ ਹੈ ਤੁਹਾਡਾ ਵੈਲਕਮ ਆਪਣੀ ਵੀਡੀਓ ਵਿੱਚ ਅਤੇ ਬਾਈ ਅੱਜ ਆਪਾਂ ਐਤਵਾਰ ਤਾਂ ਬਾਈ ਅਤੇ ਸਿਰਸੋ ਨਹਾ ਕੇ ਹਟੇ ਅਤੇ ਮੋਟਰ ਵਾ ਘੁੰਮਣ ਆ ਗਏ ਨਾਲੇ ਅਤੇ ਬਾਕੀ ਵੀਡੀਓ ਵਿੱਚ ਬਾਈ ਆਪਣਾ ਇੱਕ ਮਸ਼ੀਨ ਲਿਆਉਂਦੀ ਆਪਾਂ ਨੇ ਆਲੂ ਵਾਲੀ ਆਲੂ ਜਿਹੜੀ ਉੱਪਰ ਵੇਲ ਨਹੀਂ ਹੁੰਦੀ ਉਹ ਕੱਟਣ ਵਾਲੀ ਵਿੱਚੇ ਰਲਾ ਦਿੰਦੀ ਉਹਦੇ ਮਿੱਟੀ 'ਤੇ ਉਹ ਦੇਖ ਲਿਓ ਉਹਦੀ ਬੜੀ ਘੈਂਟ ਮਸ਼ੀਨ ਲੱਗੀ ਮਾਤਾ ਜਾਣੀ ਕਿ ਅਤੇ ਬਾਕੀ ਇੱਕ ਦੋ ਟਰੈਕਟਰ ਆਏ ਆਪਣੇ ਕੋਲ ਉਹ ਚੈੱਕ ਕਰ ਲਿਓ ਦੇਖ ਲਓ ਜਿਹਨੇ ਲੈਣਾ ਹੋਇਆ ਆਪਣੇ ਕੋਲ ਆ ਜਾਇਓ ਕੱਲ੍ਹ ਰੋਪੜ ਠੀਕ ਹੈ ਵੀਰੇ ਬਾਕੀ ਤੁਸੀਂ ਲਓ ਸਵਾਦ ਵੀਡੀਓ ਦੇਖੋ ਆਰਾਮ ਨਾਲ ਬਹਿ ਕੇ ਐਤਵਾਰ ਅੱਜ ਚੱਲ ਮਾਰੋ ਵੀਰੇ ਮਸ਼ੀਨ ਅਨਲੋਡਿੰਗ ਹੋ ਰਹੀ ਬਾਈ ਮੁੰਡੇ ਵਜਨ ਚੱਕ ਕੇ ਨਾ ਹੁਣ ਟਰੱਕ ਗਾਹ ਨੂੰ ਕਰ ਲੈਣਾ ਮਸ਼ੀਨ ਉਤਰਿਆ ਹੁਣ ਫਿਰ ਹਾਂ ਦੇਖੋ ਵੀ ਥੱਲੇ ਤੇ ਕਹੀ ਹੁੰਦੀ ਹੈ ਨਗਰ ਚੋ ਕਿਤੇ ਸਭੇ ਚੱਕ ਲੈ ਚੱਕ ਲੈ ਹਾਂਜੀ ਕਿਵੇਂ ਆ ਬਾਬੇ ਵਧੀਆ ਹੈਲੋ ਹੈਲੋ ਹਾਂ ਵੀਰ ਦੁਕਾਨ ਤੇ ਆਏ ਲਓ ਜੀ ਬਾਈ ਅਨਲੋਡ ਹੋ ਗਈ ਨਹੀਂ ਨਹੀਂ ਮੈਂ ਕਿੱਥੇ ਜਾਣਾ ਤੇ ਬਾਈ ਮਸ਼ੀਨ ਕਰੋ ਚੈੱਕ ਬੱਬਾ ਬਾਈ ਆਪਾਂ ਦੱਸੂਗਾ ਕਿਹੜੀ ਮਸ਼ੀਨ ਹੈ ਇਹ ਠੀਕ ਹੈ ਜੀ ਪਹਿਲਾਂ ਤੁਸੀਂ ਇਹਦੀ ਡਰਾਇੰਗ ਦੇਖ ਲਓ ਬਨਾਵਟ ਮਸ਼ੀਨ ਦੀ ਕਹੇ ਜੀ ਆ ਪਿੱਛੇ ਲੱਗੇ ਹੋਏ ਟਾਇਰ ਸੱਬੇ ਬਾਈ ਹਾਂ ਵੀਰ ਕਿਵੇਂ ਆ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮਸ਼ੀਨ ਦਿਖਾ ਬਾਈ ਅੱਛਾ ਅੱਗੇ ਆਪਣੇ ਲੇਬਰ ਲਾਉਣੀ ਪੈਂਦੀ ਸੀ ਆਲੂਆਂ ਦੇ ਜਿਹੜਾ ਉੱਪਰ ਘਾਹ ਹੁੰਦਾ ਵੱਢਣੇ ਨੂੰ ਆਲੂ ਉਹ ਠੀਕ ਹੈ ਹਾਂ ਲੇਬਰ ਜਿਹਦੀ ਹੁਣ 2-250 ਕਿੱਲਾ ਲਾਇਆ ਵਾ ਹਾਂ ਹਾਂ ਤੇ ਲੇਬਰ ਬਹੁਤ ਮਹਿੰਗੀ ਪੈਣੀ ਆ ਪੈਣੀ ਅੱਛਾ ਤੇ ਬਾਈ ਆਹ ਕੱਲ ਕਿਵੇਂ ਬਾਈ ਇਹਦੇ ਵਿੱਚ ਪਲੇਟ ਆ ਇਹਦੇ ਜਿਹਨੇ ਵੱਢਣਾ ਠੀਕ ਆ ਇੱਕ ਜੇ ਹੋਰ ਕੁੰਮਲ ਕਿੱਧਰ ਨੂੰ ਇਹ ਮੂਰੇ ਨੂੰ ਕਿ ਪਿੱਛੇ ਨੂੰ ਆ ਦੇ ਜੋ ਤਾਂ ਇੱਕੋ ਹੀ ਤਨੋਰ ਦਾ ਤਾਂ ਦੇ ਮੂਰੇ ਨੂੰ ਵੀ ਵਿੱਚ ਚੱਲਦੀ ਹੈ ਠੀਕ ਹੈ ਆ ਦੇਖ ਆ ਪਿੱਛੇ ਦਿਖਾਵਾਂ ਤੈਨੂੰ ਇੱਧਰ ਦੇ ਵੀ ਚੱਲਦੀ ਹੈ ਜਣੀ ਕੇ 2 ਪੈਸੇ ਤੇ ਪੈ ਜਾਊਗੀ ਇਹਨੂੰ ਚੱਲਦੀ ਆ ਗੇਰ ਇਹਦਾ ਠੀਕ ਹੈ ਸ਼ਾਫਟ ਸ਼ਾਫਟ ਇਹਦੀ ਜਿਹੜੀ ਕੋੜੀ ਆ ਉਹ ਦਵੱਲੇ ਨੂੰ ਚੱਲਦੀ ਦੇਖ ਲੈ ਜਿਹੜੀ ਉੱਪਰ ਕੋੜੀ ਲਾਣੀ ਉਹ ਕਿੱਥੇ ਲੱਗੂਗੀ
ਜਿਹੜੀ ਉੱਪਰ ਜਿੱਥੇ ਡੰਡਾ ਪਾਉਣਾ ਆਪਾਂ ਨੇ ਮੂਹਰੇ ਬੜਾ ਰੈਡਰ ਹੁੰਦਾ ਜਿੱਕਣਾ ਮੂਹਰੇ ਆਹ ਲਾ ਲਿਆ ਪਿੱਛੇ ਪਟਾਈ ਕਰਨ ਵਾਲੀ ਮਸ਼ੀਨ ਲਾ ਲਈ ਠੀਕ ਹੈ ਠੀਕ ਹੈ ਬਾਈ ਮਤਲਬ ਜਿਹੜੀ ਆਹ ਮਸ਼ੀਨ ਆ ਨਾ ਜਾਂ ਤੁਹਾਡੇ ਆਲੂ ਪੱਕ ਜਾਂਦੇ ਉੱਪਰ ਜਿਹੜੀ ਬੇਲ ਹੁੰਦੀ ਉਹਨੂੰ ਇਹ ਮਿੱਟੀ ਵਿੱਚ ਮਿਲਾ ਦਿੰਦੀ ਬਿਨਾਂ ਆਲੂ ਖਰਾਬ ਕਰੇ ਤੇ ਠੀਕ ਹੈ ਲੇਬਰ ਵਿੱਚ ਹੁਣ ਕਈ ਵਾਰ ਆਲੂ ਵੱਢ ਹੋ ਜਾਂਦਾ ਉਹ ਆਲੂ ਗਲ ਜਾਂਦਾ ਇਹਦੇ ਵਿੱਚ ਤੁਹਾਡਾ 1% ਵੀ ਆਲੂ ਨਹੀਂ ਖਰਾਬ ਹੋਊਗਾ ਜਿਸ ਬੰਦੇ ਨੇ ਲਈ ਆ ਨਾ ਉਹ ਵੀਰ ਬੀਜ ਤਿਆਰ ਕਰਦਾ ਉਹ ਅੱਛਾ ਬੀਜ ਤਿਆਰ ਕਰਦਾ ਬਾਈ ਪੂਰੇ ਹਿਮਾਚਲ ਮਾ ਆਪਣੇ ਇੱਧਰ ਜਿਹੜਾ ਪੰਜਾਬ ਏਰੀਆ ਇੱਧਰਲਾ ਨਵੇਂ ਸ਼ਹਿਰ ਹਜ਼ਾਰ ਬੱਬਲਾ ਚੌਰ ਕਿੰਨੀ ਸਾਰਾ ਬੀਜ ਉੱਥੇ ਜਾਂਦਾ ਬਹੁਤ ਤਕੜਾ ਫਾਰਮ ਹੈ ਬਾਈ ਅੱਛਾ 2-300 ਕਿੱਲੋ ਅਸਲੀ ਗ੍ਰੈਮੇ ਦੀ ਠੀਕ ਹੈ ਗ੍ਰੈਮੇ ਦਾ ਟਾਈ ਅਪ ਹੈਗਾ ਸ਼ਕਤੀਮਾਨ ਨਾਲ ਇਹ ਦੋਨੋਂ ਕੰਪਨੀਆਂ ਉਰੇ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ ਆਪਣੇ ਇੰਡੀਆ ਵਿੱਚ ਅਤੇ ਸ਼ਕਤੀਮਾਨ ਸਮਝ ਲਓ ਇੰਡੀਅਨ ਕੰਪਨੀ ਹੈ ਗ੍ਰੈਮੇ ਹੈਗੀ ਜਰਮਨ ਦੀ ਕੰਪਨੀ ਅਤੇ ਸਮਝ ਲਓ ਤੁਸੀਂ ਇਹਨਾਂ ਦੋਵਾਂ ਕੰਪਨੀਆਂ ਟਾਈ ਅਪ ਹੈ ਇਹ ਲੋਕ ਉਪਰੇਟਾਂ ਜਿਹੜਾ ਕਰਨਾ ਜਾਂ ਅੱਛਾ ਟਾਇਰ ਕਿੱਥੇ ਬੰਨਣੇ ਆ ਠੀਕ ਆ ਉੱਪਰ ਕਰਨੀ ਹੈ ਠੀਕ ਆ ਕਈ ਚਾਰ ਖਾਣਾਂ ਵਾਲੀਆਂ ਹੁੰਦੀਆਂ ਕਈ ਤਿੰਨ ਵਾਲੀਆਂ ਹੁੰਦੀਆਂ ਹਾਂ 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 ਉਹਨਾਂ ਦੀ ਤਿੰਨ ਵਾਲੀ ਚਾਰ ਲੱਗਦੀ ਚਾਰ ਵਾਲੀ ਜਿੰਨੀ ਸਮਝ ਲਓ ਉਹਦੀ ਪੜਾਈ ਉਨੀ ਹੋਏ ਦੀ ਜਿੰਨੀ ਲਵਾਈ ਵਾਲੀ ਆ ਲੇਬਰ ਦੇਖ ਲੈ ਕਿੰਨੀ ਬਚਣੀ ਆ ਹਾਂ ਹਾਂ ਬਿਲਕੁਲ ਇੱਕ ਵਾਰੀ ਪੈਸੇ ਲੱਗਦੇ ਦੁਖਦੇ ਆ ਸੱਬੇ ਬਾਈ ਹੋਰ ਹੈ ਇਹਨੇ ਦਿਹਾੜੀ ਮਾ ਕੱਢ ਵੀ 15 ਕਿੱਲੇ ਦੇ ਕਰਨੇ ਆਰਾਮ ਨਾਲ ਲੇਬਰ ਨੇ ਕੀਲਾ ਕੱਢਣਾ 2 ਕਿੱਲੇ ਲੱਗਦੂ ਚਲਦੀ ਦੇਖੀ ਆ ਬਾਈ ਅੱਛਾ ਨਾਲੇ ਜ਼ਮੀਨ ਰੇ ਪੈਂਦਾ ਵਿੱਚ ਅੱਛਾ ਹਾਂ ਇਹ ਗੱਲ ਹੈ ਖਰਾਬ ਨਹੀਂ ਹੁੰਦਾ ਦਾਣਾ ਖਰਾਬ ਨਹੀਂ ਹੁੰਦਾ ਆਲੂ ਨਹੀਂ ਖਰਾਬ ਹੁੰਦਾ ਹਾਂ ਉਹਨੇ ਰੇ ਬਣ ਜਾਣਾ ਉਨੀ ਕਹਾਂ ਨੂੰ ਖੁਰਾਕ ਵੱਜਣੀ ਹੋਰ ਚਲੋ ਠੀਕ ਹੈ ਵੀਰੇ ਬਾਕੀ ਬਾਈ ਜੀ ਨੇ ਦੇਖਣੀ ਹੈ ਵੈਸੇ ਕੱਲ੍ਹ ਲੰਘੇ ਤਾਂ ਜਾਣੀ ਸਾਨੂੰ ਜਿੰਨੀ ਕੁ ਉਮੀਦ ਆ ਇਹਦਾ ਨਾ ਵੈਸੇ ਬਾਈ ਖੜ ਦਿਓ 1 ਮਿੰਟ ਲੋਕ ਰੱਖ ਇਹਦਾ ਸਮਝ ਲਓ ਸੌਦਾ ਹੋਇਆ ਬਾਏ ਇਹ ਆਰਡਰ ਤੇ ਆਈ ਵੀ ਆ ਆਰਡਰ ਤੇ ਆਈ ਆ ਤੇ ਆਈਆਂ 6 ਮਸ਼ੀਨਾਂ 6 ਮਸ਼ੀਨਾਂ ਆਈਆਂ ਕਿਹੜਾ ਟਰਾਲਾ ਜਿਹਨਾਂ ਆਈ ਉਹਦੇ ਠੀਕ ਆ ਇਹਦੇ ਵਿੱਚ ਆਈ ਆ ਠੀਕ ਆ ਬਾਈ ਇਹ ਆਰਡਰ ਪਰੇ ਆਈਆਂ ਠੀਕ ਆ ਬਾਈ ਜਿਹਨਾਂ ਨੇ ਯਾਰ ਇੰਨੀ ਆਲੂ ਲਾਏ ਵੇ ਬਿਲਕੁਲ ਬਿਲਕੁਲ ਉਹਨਾਂ ਨੂੰ ਕਿਆ ਦੁਖਦਾ ਸਹੀ ਗੱਲ ਆ ਅਗਲਾ ਕੰਮ ਛੇਤੀ ਨਹੀਂ ਪੜਦਾ ਪੈਸੇ ਬਚਦੇ ਆ ਇਹਪਾ ਪੈਸੇ ਲਾਏ ਬਿੰਦੂ ਖਣੇ ਬਾਈ ਕੋਈ ਦੁਖਦਾ ਨਹੀਂ ਬਾਈ ਦੂਜੀ ਗੱਲ ਐ ਲੇਬਰ ਦਾ ਮਹਿੰਗੀ ਪੈਣੀ ਲੇਬਰ ਦਾ ਕੋਈ ਠੀਆ ਨਹੀਂ ਹੈ ਕੋਈ ਠੀਆ ਨਹੀਂ ਇਕੱਠੇ ਬੰਦੇ ਆ ਕੋਈ ਸਾਰੇ ਤਾਂ ਕੰਮ ਨਹੀਂ ਬੜੂ ਇਮਾ ਦਾ ਕੱਲਾ ਬੰਦਾ ਨਿਬੇੜ ਦੂ ਕੰਮ ਨਿਬੇੜ ਕਰ ਰੱਖ ਹਾਂ ਉਹ ਐ ਬਣਾ ਦਿੰਦੀ ਪਲੇਨ ਯਾਰ ਅੱਛਾ ਜਮਾ ਸਾਹਿਬ ਜੀ ਵਿੱਚ ਜਮਾ ਸਾਹਿਬ ਠੀਕ ਹੈ ਇਹ ਮੋਰੇ ਘੁੰਮਦੀ ਹੈ ਪਿੱਛੇ ਘੁੰਮਦੀ ਹੈ ਜਿੱਧਰ ਮਰਜ਼ੀ ਨੂੰ ਘੁਮਾ ਲੈ ਦਵੱਲੇ ਨੂੰ ਘੁੰਮਦੀ ਨਹੀਂ ਹਾਂ ਠੀਕ ਹੈ ਜਿੱਧਰ ਮਰਜ਼ੀ ਨੂੰ ਘੁਮਾ ਲੈ ਸਹੀ ਗੱਲ ਹੈ ਸਹੀ ਗੱਲ ਹੈ ਆ ਲੱਗਿਆ ਵਾ ਬੇਲਰ ਇਹਦੇ ਅੰਦਰ ਹਾਂ 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 ਮੈਂ ਸਮਝ ਗਿਆ ਜੇ ਮੂਰੇ ਨੂੰ ਉਧਰ ਨੂੰ ਗੋਣੀ ਦਾ ਉਧਰ ਨੂੰ ਘੁੰਮ ਜਾਣਾ ਇੱਧਰ ਨੂੰ ਬਣਦੇ ਇੱਧਰ ਨੂੰ ਘੁੰਮ ਜਾਣਾ ਬਸ ਠੀਕ ਹੈ ਚਲੋ ਠੀਕ ਹੈ ਵੀਰੇ ਹਾਂ ਦੇਖ ਲੈ ਦੇਖ ਲੈ ਤੂੰ ਸ਼ਾਪ ਹੈਂ ਬਸ ਠੀਕ ਹੈ ਵੀ ਸ਼ਾਪ ਟਾਈ ਦੀ ਹਾਂ ਉਹਦੇ ਕੋਰੇ ਪੈਣੀ ਹੈ ਇੱਧਰ ਪੈਣੀ ਹੈ ਇੱਧਰ ਨੂੰ ਗੋਣੀ ਇੱਧਰ ਪਾ ਲੈ ਬਸ ਠੀਕ ਹੈ ਹਾਂ ਬਾਈ ਪਲਾਸਟਿਕ ਦਾ ਇਹਦਾ ਬਾਕੀ ਸਾਰਾ ਲੋਹਾ ਹੈ ਇਹਦੇ ਅੰਦਰ ਬੇਟ ਹੈ ਬੇਟ ਬੈਲਟ ਨਾ ਨਾ ਬੇਟ ਕਿਹੜਾ ਬੇਟ ਗੇੜੇ ਬਣਾਉਂਦਾ ਜ਼ਿਆਦਾ ਅੱਛਾ 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 ਦੂਰ ਆਪਣੇ ਟਰੈਕਟਰਾਂ ਨੂੰ ਲਾਇਆ ਵਾ ਨਹੀਂ ਉਹਦਾ ਵੀਲ ਥਰਮ ਉਹਨਾਂ ਨੂੰ ਲੱਗਿਆ ਥ੍ਰੈਸਾਂ ਲੱਗਿਆ ਹੁੰਦਾ ਸਮਝ ਗਿਆ ਗੇੜੇ ਨੂੰ ਲੱਗਿਆ ਹੁੰਦਾ ਬੜਾ ਵੀਲ ਹਾਂ ਹਾਂ ਉਹ ਚੀਜ਼ ਹੈ ਦੇ ਅੰਦਰ ਠੀਕ ਹੈ ਠੀਕ ਹੈ ਉਹ ਗੇੜਾ ਟਰੈਕਟਰ ਲੋਡ ਨਹੀਂ ਮੰਨਦਾ ਗੇੜਾ ਜ਼ਿਆਦਾ ਚੱਲ ਠੀਕ ਹੈ ਸੱਬੇ ਬਾਈ ਠੀਕ ਹੈ ਵੀਰ ਮਸ਼ੀਨ ਦਿਖਾ ਦਈ ਆਪਾਂ ਨੇ ਹੁਣ ਜੀਨੇ ਬਾਈ ਦੇਖਣੀ ਦੇਖ ਲਓ ਆ ਕੇ ਬਿਕਲੀ ਠੀਕ ਆ ਤੇ ਪਤਾ ਨਹੀਂ ਅੱਜ ਸ਼ਾਮ ਨੂੰ ਆ ਜਾਊਗੇ ਜਾਂ ਸਵੇਰੇ ਆ ਜਾਊਗੇ ਬਾਈ ਇੱਕ ਦੋ ਦਿਨ ਦੀ ਪਰੌਣੀ ਆਪਣੇ ਕੋਲ
ਬਸ ਠੀਕ ਹੈ ਬਾਈ, ਚੱਲ ਠੀਕ ਹੈ ਠੀਕ ਹੈ ਓਕੇ ਬਾਈ। ਤੁਹਾਨੂੰ ਜਿਕਣਾ ਬਾਈ ਕਿਹਾ ਤਾਂ ਤੁਸੀਂ ਵੀਡੀਓ ਮੈਂ ਦੇਖਿਆ ਹੀ ਹੋਣਾ, ਅੱਜ ਇਹ ਮਸ਼ੀਨ ਚੱਲੀ ਸਮਝ ਲਓ ਅਸੀਂ, ਸਾਨੂੰ ਐਂ ਤਾਂ ਚਲੋ ਕੱਲ੍ਹ ਨੂੰ ਆਉਂਗੇ ਪਰ ਅੱਜ ਸ਼ਾਮ ਨੂੰ ਆਏਗੇ ਡਾਕਟਰ। ਆਹ ਡਾਕਟਰ ਮਗਰ ਚੱਲਣੀ ਆ 5005 ਜੌਂਡੀਅਰ, ਮੂਹਰੇ ਵੀ ਪਲੇਟਾਂ ਲੱਗੀਆਂ ਹੋਈਆਂ ਪੂਰੀਆਂ, 1 2 3 4 5 6 7 8 9 10 4x4 ਆ, ਪਿੱਛੇ ਡਬਲ ਪਲੇਟ ਲੱਗੀ ਵੀ। ਆਹ ਡਾਕਟਰ ਚਲਾਓ ਮਸ਼ੀਨ ਨੂੰ, ਬਾਕੀ ਚਲੋ ਗਾਹਾਂ ਦੇਖਦੇ ਸੀ ਬਈ। ਆਲੇ ਵੀਰੇ ਨੇ ਮਸ਼ੀਨ ਲਈ ਹੈ, ਮੇਰੇ ਵਧਾਈਆਂ ਤੁਹਾਨੂੰ ਬਹੁਤ ਬਹੁਤ। ਹਾਂਜੀ ਹਾਂਜੀ, ਕਿਹੜਾ ਪਿੰਡ ਆ ਵੀਰੇ ਆਪਣਾ? ਮਾਜਰਾ ਜੱਟਾ ਪਿੰਡ ਹੈ, ਠੀਕ ਹੈ ਜੀ। ਕਿੰਨੇ ਕਿੱਲੇ ਲਾ ਦਿੰਦੇ ਆਲੂ? 125 ਕਿੱਲਿਆਂ ਦੀ ਖੇਤੀ ਮਾਜਰਾ ਜੱਟਾ ਜੀ, ਠੀਕ ਹੈ। ਆਪਣੇ ਕੋਲ ਹੋਰ ਕਿਹੜੀ ਕਿਹੜੀ ਮਸ਼ੀਨਾਂ ਵੀਰੇ ਲਾਉਣ ਵਾਲੀ? ਉਰੀ ਤੋਂ ਲੈ ਕੇ ਗਏ ਤੇ, ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਜਾਣੀ ਕਿ ਤੁਸੀਂ ਆਲੂ ਵਾਲਾ ਮਸ਼ੀਨਾਂ ਉਰੀ ਤੋਂ ਲੈ ਕੇ ਗਏ ਆ, ਰੋਪੜ ਤੋਂ ਹੀ, ਸ਼ਕਤੀਮਾਨ ਕੋਲੋਂ? ਬਸ ਠੀਕ ਹੈ, ਸੀਡ ਦਾ ਕੰਮ ਕਰਦੇ ਆ, ਠੀਕ ਹੈ। ਜੇ ਕਿਸੇ ਲੈਣਾ ਹੋਵੇ ਤੁਸੀਂ ਸਿੱਧਾ ਦੇ ਦੋਗੇ, ਕੋਈ ਚੱਕਰ ਤਾਂ ਨਹੀਂ? ਠੀਕ ਹੈ ਵੀਰੇ। ਅਤੇ ਬਾਈ ਬਾਕੀ ਮਸ਼ੀਨ ਤੁਸੀਂ ਚੈੱਕ ਕਰ ਲਓ। ਹਾਂਜੀ ਹਾਂਜੀ, ਮਾੜਾ ਜਿਹਾ ਬਾਈ ਸਟਾਰਟ ਕਰਕੇ ਲਿਫਟ ਚੱਕ ਕੇ ਦਿਖਾਇਓ ਡਾਕਟਰ ਦੀ ਬਾਈ। 5105 ਡਾਕਟਰ, ਆਹ ਦੇਖਿਓ ਜੀ, ਐਂ ਚੱਕਦਾ ਮੁੱਲੀ ਵਾਂਗ ਬਾਈ, ਥੋੜ੍ਹੀ ਬਾਈ ਥੋੜ੍ਹੀ ਇੰਨੀ ਨੇ ਚੱਕ, ਬਸ ਠੀਕ ਆ। ਥੋੜ੍ਹੀ ਲਾਮ ਵੱਧ ਹੈ ਮਸ਼ੀਨ ਦੀ, ਹੈ ਨਾ? ਅਤੇ ਡਾਕਟਰ ਮੈਂ ਜ਼ੋਰ ਹੈ, ਹਾਂ 4x4 ਦਾ ਨਾਲੇ ਵੇਟ ਬੋਰਡ ਪੂਰਾ ਲੱਗਿਆ ਵਾ। ਸਟੈਂਡ ਚੱਕੇ ਦੇ ਬਾਜੇ ਚੱਕਦੇ, ਡੋਰ ਡੂਰ ਮੈਂ ਲੱਗ ਜਾਏਗਾ ਤਾਂ ਕਿਤੇ, ਜੇ ਸੜਕ ਨੀਵੀਂ ਆ ਗਈ ਲੱਗ ਕੇ ਤੋੜ ਕੇ ਮਾਰਨਾ ਬਾਈ ਨੇ। ਠੀਕ ਹੈ ਵੀਰੇ, ਓਕੇ। ਅਤੇ ਬਾਈ ਹੁਣੀ ਚੱਲੇ ਬਾਈ, ਚੰਗਾ ਜੀ। ਲਓ ਜੀ ਬਾਈ, ਟਰੈਕਟਰ ਨਾਲ ਬੜੀ ਮਸ਼ੀਨ ਲੱਗਦੀ ਹੈ ਕਿ ਨਹੀਂ? ਤੁਸੀਂ ਬਾਈ ਤੂੜ ਕੱਢੀ ਬਾਈ, ਆਲੂ ਵਾਲੀ ਮਸ਼ੀਨਾਂ ਪੂਰੀਆਂ ਦਿੰਦੇ ਹੋ ਤੁਸੀਂ, ਹੈ ਬਾਈ ਸੱਬੇ? ਹਾਂ ਬਾਈ ਫਿਰ, ਹਾਂ ਠੀਕ ਹੈ, ਛੇ ਆਈਆਂ, ਠੀਕ ਹੈ, ਇੱਕ ਆ ਦੇ ਦੀਆਂ, ਹਾਂ ਪੰਜ ਹੋਰ ਅਸੀਂ ਪਹੁੰਚਾਉਣੀਆਂ ਹੁਣ, ਜਿਵੇਂ ਕੋਈ ਜ਼ਮੀਨਾਂ ਹੈ, ਹਾਂ ਹਾਂ ਸਾਡੇ ਏਰੀਆ ਦਾ ਜ਼ਮੀਨ ਹੈ ਨਹੀਂ, ਸਾਡੇ ਨਾ ਖੇਤੀ ਨਹੀਂ ਹੁੰਦੀ ਆਲੂਆਂ ਦੀ ਬਾਈ, ਸਾਡੇ ਘੱਟ ਹੁੰਦੀ ਆ, ਆਲੂ ਹੁੰਦਾ ਹੀ ਨਹੀਂ ਹੁਣ, ਇੱਧਰ ਇਹ ਹੁੰਦਾ ਬਾਈ। ਠੀਕ ਹੈ ਠੀਕ ਹੈ ਓਕੇ। ਲਓ ਜੀ, ਆਪਣੇ ਕੋਲ ਜਿਹੜੇ ਸੈਕਿੰਡ ਹੈਂਡ ਟਰੈਕਟਰ ਖੜ੍ਹੇ ਸੀਗੇ ਬਾਈ ਜੀ, ਉਹਨਾਂ ਵਿੱਚੋਂ ਬਾਈ ਜੀ ਜਿਹੜਾ ਆਪਣੇ ਕੋਲ 241 ਖੜ੍ਹਾ ਸੀਗਾ, ਮੈਸੀ 241, ਉਹ ਤਾਂ ਬਾਈ ਜੀ ਹੋ ਗਿਆ ਸੇਲ। ਅਤੇ ਇੱਕ ਹੋਰ ਨਵਾਂ ਟਰੈਕਟਰ ਆਇਆ ਬਾਈ ਆਪਣੇ ਕੋਲ, ਆ ਜੋਤ ਲਈ ਆਉਂਦਾ ਅਰਜਨ, 605 ਮੈਟ ਟਰੈਕਟਰ ਹੈ ਜੀ ਇਹ, ਸ਼ਟਲ ਗੇਅਰ ਵਾਲਾ। ਕਿਵੇਂ ਆ? ਅਤੇ ਟਰੈਕਟਰ ਬਿਲਕੁਲ ਸਾਫ਼ ਹੈ ਜੀ, ਬਹੁਤ ਵਧੀਆ ਟਰੈਕਟਰ ਹੈ ਜੀ। ਬਾਕੀ ਸਟੇਸ਼ਨ ਤੁਸੀਂ ਦੇਖ ਰਹੇ ਹੋ ਅਤੇ ਐਨ ਪੂਰੀਆਂ ਵੜਕਾਂ ਮਾਰਦਾ ਬਾਈ, 605 ਮੈਟ ਅਤੇ ਟਾਇਰ ਟੂਰ, ਬਾਕੀ ਟਰੈਕਟਰ ਦੀ ਕੰਡੀਸ਼ਨ ਦੇਖੋ, ਬਿਲਕੁਲ ਸਾਫ਼ ਟਰੈਕਟਰ ਹੈ। ਜੋਤ ਕਿਵੇਂ ਆ? ਹੋਰ ਵਧੀਆ, ਠੀਕ ਠਾਕ ਬਾਈ, ਪਹਿਲੇ ਆਇਆ ਹੈ ਨਵਾਂ ਟਰੈਕਟਰ, ਦੇਖ ਤੂੰ ਕਿੰਨਾ ਘੈਂਟ ਲੈ ਕੇ ਆਇਆ। ਟਰੈਕਟਰ ਪੂਰਾ ਸਾਫ਼ ਆ, ਮੈਟ ਲੱਗਦਾ ਮੈਨੂੰ, ਹੈ ਨਾ? ਮੈਂ ਦੂਰੋਂ ਹੀ ਦੇਖ ਲਿਆ ਸੀ, ਮੈਂ ਕਿਹਾ ਮੈਟ ਆ ਜਿਹੜੇ ਹੁਣ ਟੀ ਆਈ ਮੈਂ ਬਹਿ ਕੇ ਗਿਆ ਪਿੱਛੇ। ਅੱਛਾ ਠੀਕ ਆ, ਸ਼ਟਲ ਗੇਅਰ ਲੱਗਿਆ ਹੋਇਆ ਇਹਨੂੰ ਜੀ,
ਬਾਕੀ ਹੁਣ ਟਰੈਕਟਰ ਤੁਹਾਨੂੰ ਆਪਾਂ ਨੇੜੇ ਤੋਂ ਦਿਖਾ ਦਿੰਦੇ ਆ, ਦੇਖੋ ਬਿਲਕੁਲ ਸਾਫ ਟਰੈਕਟਰ ਆ। ਟਾਇਰ ਟੂਰ ਨਵੇਂ ਸਮਝ ਲੈ, ਚਾਰੇ ਟਾਇਰ ਤਾਂ ਚਾਰ ਹੀ ਨਵੇਂ ਆ, ਗੁਡੀਅਰ ਕੰਪਨੀ ਦੇ ਟਾਇਰ ਹਨਾ, ਪਿਛਲੇ 16 ਦੇ ਮੂਹਰੇ 750 ਦੇ ਆ। ਲਓ ਜੀ ਚੌਕੜਾ ਟਾਇਰਾਂ ਦਾ ਬਾਈ, ਮੂਹਰਲੇ 750 ਦੇ ਆ, ਪਿਛਲੇ 1628 ਦੇ ਆ, ਤੇ ਚੌਕੜਾ ਹੀ ਗੁਡੀਅਰ ਕੰਪਨੀ ਦੇ ਟਾਇਰ ਨੇ ਚਾਰੇ ਟਾਇਰ। ਤੇ ਹੈਗਾ 605 ਦਰਜਣ, ਹਾਂ, ਤੇ ਇਹਦੇ ਵਿੱਚ ਸਾਰੇ ਫੀਚਰ ਲੱਗੇ ਵੇ ਇਸ ਟਾਈਮ। ਠੀਕ ਹੈ ਠੀਕ ਹੈ, 3 ਸਪੀਡ ਨਹੀਂ ਹੈਗਾ ਬਸ, ਹਾਂ ਹਾਈ ਲੋ ਚ ਆ ਇਹ, 3 ਸਪੀਡ ਨਹੀਂ ਹੈਗਾ, ਬਾਕੀ ਸਾਰੇ ਫੀਚਰ ਹੈਗੇ। ਫੀਚਰ ਮੇਨ ਮੇਨ ਤੁਹਾਨੂੰ ਦੱਸ ਦਿੰਨੇ ਜਿਹੜੇ, ਹਾਂ ਘੁਮਾ ਕੇ ਆਪਾਂ ਇੱਕ ਵਾਰ ਦਿਖਾ ਦਿੰਨੇ ਆ ਜੀ। ਨਿਊਟਲਾ ਤੇ ਆ ਇਹਦਾ ਹਾਈ ਲੋ ਵਾਲਾ ਹੁੰਦਾ, ਤੇ ਆਹਦਾ ਪੀਟੀਓ ਵਾਲਾ ਇੰਡੀਪੈਂਡੈਂਟ। ਆਹ ਦੇਖੋ ਜੀ ਹੱਥ ਚ ਕਲੱਚ, ਇੰਡੀਪੈਂਡੈਂਟ ਕਲੱਚ ਕਿਹਨੂੰ ਕਹਿੰਦੇ ਆਪਾਂ। ਜੋ ਚੀਜ਼ ਨਾਲ ਹੈਗੀ ਓਹੀ ਆਪਾਂ ਦਵਾਂਗੇ ਹਨਾ, ਚੜਾਤਾ ਨਾਲ ਫੱਟੀ ਪਈ ਇਹਦੀ, ਜਿਹੜੀ ਡਰਾਈਵਰ ਆ ਉਹ ਨਾਲ ਹੈ ਨੀ ਗੀ, ਤੇ ਮੇਨ ਕੰਮ ਟੌਪ ਲਿੰਕ ਦਾ ਹੀ ਹੁੰਦਾ, ਇਹੀ ਬੜੀ ਛੋਟੀ ਹੁੰਦੀ ਹੈ ਉਤਰਨਾ ਕੇ ਜੋਤ। ਹਜੇ ਤਾਂ ਬਾਈ ਜਦੋਂ ਧੋਣਾ ਇਹਨੇ ਫੇਰ ਦੇਖੀ ਕਿੰਨਾ ਵਧੀਆ ਨਿਕਲਣਾ, ਫੇਰ ਇਹਨੇ ਯਾਰ ਪੂਰਾ ਘੈਂਟ ਬਣ ਜਾਣਾ ਬਾਈ। ਸਟਾਰਟਿੰਗ ਤਾਂ ਠੀਕ ਆ, ਸਟਾਰਟ ਕਰਨ ਦੀ ਤਾਂ ਲੋੜ ਹੀ ਨੀ। ਚੱਲਿਆ ਕਿੰਨਾ ਹੋਇਆ ਇਹ? 5200 ਘੰਟਾ 5200 ਘੰਟਾ ਚੱਲਿਆ ਹੋਇਆ ਜੀ। ਤੇ ਬਾਕੀ ਟਰੈਕਟਰ ਦੇਖ ਲਓ, ਸਾਰਾ ਓਰੀਜਨਲ ਟਰੈਕਟਰ ਆ ਜੀ, ਬਿਲਕੁਲ ਸਾਫ ਕੰਡੀਸ਼ਨ 'ਚ ਟਰੈਕਟਰ ਆ, ਟਾਇਰ ਵੀ ਚਾਰੇ ਨਵੇਂ ਨੇ ਜੀ, ਗੁਡੀਅਰ ਕੰਪਨੀ ਦੇ। ਅੱਜ ਉਹ ਵੀ ਗਿਆ ਬਾਈ ਮੈਸੀ, 241 ਹੈ, 5245 ਵੀ ਗਿਆ, ਠੀਕ ਆ, ਜਿਹੜਾ ਉਹ ਆਪਣਾ 11 ਮਾਡਲ ਨਹੀਂ ਤਾਂ ਨਵੇਂ ਟਾਇਰਾਂ 'ਚ, ਉਹ ਵੀ ਵੇਖ ਗਿਆ। ਇੱਕ ਹੋਰ ਪ੍ਰੋਜੈਕਟ ਆਉਂਦਾ ਉਹ ਦੇਖ ਲਈ ਆਜਾ, ਚਲੋ ਉਹ ਵੀ ਦਿਖਾ ਦਿੰਦੇ ਆ ਬਾਈ। ਇੱਕ HMT ਟਰੈਕਟਰ ਲਿਆਂਦਾ ਨਵਾਂ, 40 ਬਾਈ HMT 40x22 ਆ ਜੀ, ਜਿਹੜੀ 22 ਸੀਰੀਜ਼ ਆਈ ਸੀ ਉਹ 'ਚ ਆ ਇਹ। ਇਹ ਕਿੰਨੇ HP ਦਾ ਹੋਊ ਤੇਰਾ ਨਾਂ ਕੀ ਜੋਤ? ਇਹ ਬਾਈ 40-45 ਵਿੱਚ ਆਉਂਦਾ, 45 HP ਦਾ ਹੋਊਗਾ ਹਨਾ, ਤੇ ਟਰੈਕਟਰ ਇਹ ਵੀ ਪੂਰਾ ਯਾਰ ਸਾਫ ਆ, ਸੈਂਟਰ ਗੇਅਰ ਆ ਬਾਈ, ਸੈਂਟਰ ਗੇਅਰ ਆ, ਪਿਛਲਾ ਹਿੱਸਾ ਹੈਗਾ ਸਿੱਧਾ ਐਕਸਲ ਵਾਲਾ, ਸਿੱਧਾ ਐਕਸਲ ਵਾਲਾ 22 ਸੀਰੀਜ਼, ਹਾਂ ਉਹ 22 ਸੀਰੀਜ਼ 'ਚ ਸਿੱਧਾ ਹੀ ਐਕਸਲ ਵਾਲਾ ਹੀ ਆਇਆ ਸੀਗਾ, ਦੂਜਾ ਸਿਸਟਮ ਵਾਲਾ ਹੈ ਨੀਗਾ। ਪਿਛਲੇ 13-28 ਦੇ ਟਾਇਰ ਆ ਹਨਾ,
ਟਾਇਰਾਂ ਦੇ ਰਾਵਟ ਹੋਈ ਆ, ਮੂਹਰਲਿਆਂ ਦੇ ਵੀ ਮੂਹਰਲੇ ਤਾਂ ਰੀਜਨਲ ਆ ਤੇ ਪਿੱਛੇ ਵਾਲਿਆਂ ਦੇ ਰਾਵਟ ਹੋਈ ਹੋਈ ਆ। ਦੇਖੋ ਜੀ ਸਟਾਰਟਿੰਗ ਦਿਖਾ, ਹਾਂ ਲਓ ਜੀ ਸਟਾਰਟਿੰਗ ਦੇਖੋ। ਵੜਕਾ ਮਾਰਦਾ, ਸਟਾਰਟਿੰਗ ਵੀ ਪੂਰੀ ਆ। ਸਟਾਰਟਿੰਗ ਤਾਂ ਬਾਈ ਇੰਜਣ ਦੇ ਸਿਰ 'ਤੇ ਆ, ਜਿਹਦਾ ਇੰਜਣ ਕਾਇਮ ਹੋਊ ਉਹਦੀ ਸਟਾਰਟਿੰਗ ਆਪੇ ਕਾਇਮ ਹੋਣੀ। ਐਨ ਓਕੇ, ਹਾਂ ਜਦੇ ਸਟਾਰਟ ਹੋ ਜਾਂਦਾ। ਬਾਕੀ ਬਾਈ ਡੀਜ਼ਲ ਡੂਜ਼ਲ ਖਰਚਾ ਬਾਈ ਬਹੁਤ ਘੱਟ ਹੈ ਇਹਨਾਂ ਟਰੈਕਟਰਾਂ ਦਾ। ਲੈ ਵੀ ਜੋਤ ਬਾਈ, ਟਰੈਕਟਰਾਂ ਦੀ ਤਾਂ ਗੱਲ ਹੋ ਗਈ, ਐਚ ਐਨ ਟੀ ਦੀ ਹੋ ਗਈ, ਅਰਜਨ ਦੀ ਵੀ ਹੋ ਗਈ, ਹੈਨਾ। ਤੇ ਹੁਣ ਬਾਈ ਆਪਾਂ ਇਹਨਾਂ ਦੇ ਜਿਹੜੇ ਰੇਟ ਆ, ਜਿਹੜੀ ਮੇਨ ਗੱਲ ਆ ਉਹਨਾਂ ਦਾ ਗੱਲ ਕਰ ਲਈਏ ਵੀ ਕਿਆ ਰੇਟ ਆ ਟਰੈਕਟਰ ਬਾਈ ਜਿਹੜਾ ਆਪਣਾ ਟਰੈਕਟਰ ਹੈ। ਹਾਂਜੀ ਦੇਖ ਲਿਆ, 10 ਮਾਡਲ ਦਾ ਕੰਡੀਸ਼ਨ ਵਧੀਆ ਟਰੈਕਟਰ ਦੀ, ਕੰਡੀਸ਼ਨ ਵਧੀਆ ਐਚ ਐਨ ਟੀ ਦੀ, ਠੀਕ ਹੈ। ਤੇ ਇਹਦੀ ਆਪਾਂ ਡਿਮਾਂਡ ਕਰਦੇ 1,85,000 ਰੁਪਇਆ, 1,85,000 ਰੁਪਇਆ ਇਹਦੀ ਡਿਮਾਂਡ ਆ ਟਰੈਕਟਰ ਦੀ। ਬਾਕੀ ਬਾਈ ਜਿਹੜੀ ਰੇਟਾਂ ਦੀ ਗੱਲ ਕਰੀਏ, ਜਿਵੇਂ 1,85 ਦੀ, ਜਿਵੇਂ 40x2 ਦੀ ਗੱਲ ਕਰੀਏ, ਇਹ ਸਿਰਫ ਡਿਮਾਂਡ ਆ। ਬਾਕੀ ਜਿਹੜਾ ਸੌਦਾ ਉਹ ਬਹਿ ਕੇ ਹੋਊਗਾ, ਟੇਬਲ ਤੇ ਬਹਿ ਕੇ ਹੋਊਗਾ ਸੌਦਾ ਸਾਈ ਕੱਢ ਕੇ, ਹੈਨਾ। ਹਾਂ ਤੇ ਫੋਨ ਨਾਲ ਹੀ ਗੱਲ ਬਾਈ, ਫੋਨ ਤੇ ਸੌਦਾ ਨਹੀਂ ਹੁੰਦਾ। ਕਈ ਬਾਈ ਆਪਣੇ ਕੋਲ ਪੁੱਛ ਲੈਂਦੇ ਆ ਬਈ ਆਪਣਾ ਦੱਸ ਦੋ ਲਾਸਟ ਰੇਟ ਕੀ ਆ। ਟਾਇਟ ਕਰ ਲੈ ਵੀਰੇ, ਟਾਇਟ ਕਰਾ ਦੇ ਟੋਚਨ, ਟਾਇਟ ਕਰ ਲੈ ਕੇ ਇਸ਼ਾਰਾ ਦੇ ਦੀ, ਇਕੱਠੇ ਜ਼ੋਰ ਮਾਰੂਗੇ। ਬਾਈ ਆਪਾਂ ਨੂੰ ਬੁਲਾਇਆ ਤਾਂ ਕਹਿੰਦੇ ਤੁਸੀਂ ਵੀ ਲੈ ਕੇ ਆਓ, ਮੈਂ ਪਹਿਲਾਂ ਇੱਕ ਦਾ ਜ਼ੋਰ ਮਰਾ ਕੇ ਦੇਖ ਲਓ, ਨਿਕਲ ਜਾਣੀ ਨਹੀਂ ਜਗ੍ਹਾ ਵੀ ਨਹੀਂ ਹੈ ਉਹ। ਟਾਇਟ ਕਰ ਲਓ, ਟਾਇਟ ਬਾਈ ਉਹ ਚੋਰ ਮੇਰਾ, ਉਹ ਆ ਗਿਆ ਖੱਡਾ ਭਰਵਾ ਲਾ ਪਹਿਲਾਂ। ਉਹ ਬਾਈ ਉਹ ਪਿੱਛੇ ਨੂੰ ਕਰਕੇ ਗੱਡੇ ਭਰਵਾ ਲਾ, ਪਰਾਂ ਰੱਖ, ਪਰਾਂ ਟਰੈਕਟਰ ਨੂੰ, ਟਰੈਕਟਰ ਨੂੰ ਪਰਾਂ ਰੱਖ। ਉਹ ਨਹੀਂ ਅੰਕਲ, ਉਹ ਟਰੈਕਟਰ ਪਰਾਂ ਕਰਵਾ ਦੇ, ਉਹ ਟਰੈਕਟਰ ਪਰਾਂ ਕਰਵਾ ਦੇ ਮਾੜਾ ਯਾਰ।
ਹਾਂ ਓਕੇ ਹੈ ਨਾ ਕੰਮ ਪਾਲਾ ਗੇਰ ਉਹ ਚੱਲ ਚੱਲ ਵਿੱਕੀ ਬਾਈ ਚੱਲ ਉਹ ਗੁੱਲਾ ਨਿਕਲ ਗਿਆ ਵਿੱਕੀ ਬਾਈ ਉਹ ਬੱਸ ਕਰ ਖੜ ਜਾ ਇੱਕ ਮਿੰਟ ਬਾਈ ਜੀ ਆਪਣਾ ਟਰਾਲੀ ਵੀ ਫੇਲ ਹੋ ਗਿਆ ਬਾਈ ਬੈਟਰ ਚੱਲੇ ਲੈ ਕੇ ਬੈਠ ਜਾਣਾ ਲਓ ਜੀ ਦੇਖੋ ਹੋ ਗਿਆ ਤੁਹਾਡਾ ਜੀ ਬਸ ਠੀਕ ਹੈ ਮੁਬਾਰਕ ਹੈ ਮੇਰੇ ਵਧੀਆ ਰਹੀ ਡੀਲ ਤੁਹਾਡੀ ਠੀਕ ਹੈ ਜੀ ਟਰੈਕਟਰ ਕਿਵੇਂ ਹੈ ਜੀ ਟਰੈਕਟਰ ਵਧੀਆ ਚੱਲਦਾ ਬਸ ਠੀਕ ਹੈ ਵੀਰੇ ਲਾ ਲਓ ਹਾਰ ਲਾ ਦੀਏ ਹਾਰ ਲਾਉਣਾ ਮੈਂ ਕਿਹਾ ਹਾਰ ਡਰਾਈਵਰ ਡਰੂਵਰ ਨਹੀਂ ਹੈਗੀ ਹੈ ਨਹੀਂ ਡਰਾਈਵਰ ਮੈਂ ਕਹਿਤਾ ਬਲਦੀਆਂ ਬਾਈ ਓਕੇ ਆ ਠੀਕ ਹੈ ਬਾਈ ਓਕੇ ਚੰਗਾ ਜੀ ਲਓ ਜੀ ਟਰਾਲੀ ਲੰਘ ਗਿਆ ਬਾਈ ਆਪਣਾ ਹੁਣ ਟਾਟਾ ਬਾਏ ਬਾਏ ਬਾਈ ਨੂੰ ਮੁਬਾਰਕਾਂ ਅਤੇ ਆਪਾਂ ਵੀ ਹੁਣ ਟਰੈਕਟਰ ਲਾਈਏ ਬਾਈ ਅੰਦਰ ਹਨੇਰਾ ਹੋਣ ਲੱਗ ਗਿਆ ਠੀਕ ਹੈ ਜੀ ਚਲੋ ਮਿਲਦੇ ਹਾਂ ਬਾਅਦ 'ਚ ਉਹ ਜੀ ਬਾਈ ਆਪਾਂ ਚੱਲੇ ਘਰ ਨੂੰ ਅਤੇ ਬੁਲਟ 'ਤੇ ਬੈਠੇ ਸੀਗੇ ਦੂਆ ਮੁੰਨਾ ਬਾਈ ਵਾਲਾ ਬੁਲਟ ਹੈ ਆਹ ਦੇਖੋ ਹੁਣ ਦਿਖਾ ਦਈਏ ਐਨ ਵਧੀਆ ਪੂਰੀ ਫੀਲਿੰਗ ਨਵੀਂ ਝਾਂਡੀ ਦਾ ਜੀ ਨਵੀਂ ਗੱਡੀ ਦੀ ਆਹ ਬੁਲਟ ਹੈ ਬਾਈ ਦੇਖੋ ਲੁੱਕ ਚੈੱਕ ਕਰੋ ਬੁਲਟ ਦੀ ਇਹਦੇ ਵਿੱਚ ਨਾ ਬੰਦਾ ਪੈ ਜਾਂਦਾ ਲੰਬਾ ਹੀ ਲਟ ਜਾਂਦਾ ਇੱਥੇ ਉਹ ਪੈਰ ਨੂੰ ਤੁਸੀਂ ਲੰਘ ਜਾਂਦੇ ਡੂੰਘੇ ਜਿਹਨੇ ਪੈ ਕੇ ਜਾਣਾ ਠੀਕ ਆ ਉਹਦੇ ਲਈ ਇੱਕ ਮਿੰਟ ਬਾਈ ਕੈਮਰਾ ਹਿੱਟ ਗਿਆ ਪੂਰਾ ਵਧੀਆ ਫੀਲਿੰਗ ਆ ਜੀ ਬਾਈ ਸਾਰੇ ਦੇਖਦੇ ਤੇ ਜਾਣੀ ਕਿ ਗੱਡੀਆਂ ਗੁੱਡੀਆਂ ਵਾਲੇ ਵੀ ਉਹਨੂੰ ਹਾਸੀ ਆਈ ਜਾਵੇ ਮਾ ਕਿਆ ਕਿਆ ਚਲੋ ਵਧੀਆ ਫਿਰ ਵੀ ਸੋਹਣਾ ਲੱਗਦਾ ਰੰਗ ਵੀ ਵਧੀਆ ਕਰਿਆ ਵਾ ਬਾਈ ਰੱਜ ਦਾ ਬੁਲਟ ਜਾਣੀ ਜੀ ਬੁਲਟ ਦੀ ਟਾਵਰ ਹੈਗੀ ਆ ਇਹਦੇ ਨਾਲੇ ਗੱਡੀ ਜੀ ਨਾਲੇ ਡੁੱਗ ਡੁੱਗੀ ਜੀ ਨਾਲੇ ਹੈ ਨਾ ਨਾ ਕਿੱਦਾਂ ਕਢਾਇਆ ਵਾ ਹੈ ਹੋਰ ਖਾਇਦਾ ਨਹੀਂ ਫੋਟੋ ਖਿੱਚਾਂ ਬਾਈ ਵਿੱਚ ਬਹਿਣਾ ਹਾਂ ਹਿੱਲਣਾ ਬਸ ਇਹ ਬਸ ਠੀਕ ਆ ਗਈ ਕਿਕਣਾ ਲੱਗਿਆ ਬਹਿਣਾ ਵਧੀਆ ਨਜ਼ਾਰਾ ਚਾਹੇ ਤੂੰ ਸਿਰ ਪਰਾਂ ਨੂੰ ਕਰਕੇ ਪੈ ਪਈ ਆ ਵਿੱਚ ਕੋਈ ਚੱਕਰ ਨਹੀਂ ਹੈ ਕਿ ਨਹੀਂ ਹਾਂ ਹਾਂ ਵਧੀਆ ਨਜ਼ਾਰੇ ਵਾਲੀ ਗੱਡੀ ਹੈ ਹਾਂ ਵਿੱਚ ਸਮਾਨ ਸਮੂਹ ਰੱਖਣੇ ਨੂੰ ਮੈਂ ਪਿੱਛੇ ਤਾਂ ਡਿੱਗੀ 'ਚ ਉਹ ਮੁੰਨਾ ਬਾਈ ਵਾਲੀ ਫਿਲਮ 'ਚ ਇਹ ਦੇਖਿਆ ਮੁੰਨਾ ਬਾਈ ਵਾਲੀ ਹਾਂ ਨਾ ਦੋ ਮੁੰਡੇ ਹੋਣੇ ਬਾਜੇ ਇੱਧਰ ਛੋਟਾ ਉੱਧਰ ਬੜਾ ਹੁੰਦਾ ਆਹੋ ਪਹਾੜਾਂ ਤੋਂ ਲੈ ਕੇ ਜਾਇਆ ਹਾਂ ਚੱਲ ਠੀਕ ਹੈ ਚੰਗਾ